ਬਜ਼ੁਰਗਾਂ ਦਾ ਬਣਾਇਆ ਹੋਇਆ ਪੁਸ਼ਤੈਨੀ ਘਰ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਗਿਆ। 50 ਜਣੇ ਇਸ ਘਰ ਦੇ ਵਿੱਚ ਰਹਿੰਦੇ ਸੀ। ਇਸ ਘਰ ਦੇ ਅੰਦਰ 30 ਤੋਂ 40 ਕਮਰੇ ਬਣੇ ਹੋਏ ਸਨ, ਜਿਸ ਦੇ ਅੰਦਰ ਘੱਟੋ ਘੱਟ 7 ਤੋਂ 8 ਪਰਿਵਾਰ ਰਹਿੰਦੇ ਸੀ। ਹਰੇਕ ਪਰਿਵਾਰ ਦੇ ਵਿੱਚ 10-10 ਮੈਂਬਰ ਸੀ ਅਤੇ ਸਾਰਾ ਲਾਣਾ ਇੱਕੋ ਪਰਿਵਾਰ ਦਾ ਸੀ, ਇੱਕੋ ਪੀੜ੍ਹੀ ਦਾ ਸੀ। ਅਤੇ ਤੁਹਾਨੂੰ ਦੱਸ ਦਈਏ ਕਿ ਬਜ਼ੁਰਗਾਂ ਦੇ ਵੱਲੋਂ ਇਹ ਘਰ ਬਣਾਇਆ ਗਿਆ, ਜਿਸ ਤੋਂ ਬਾਅਦ ਚਾਚੇ ਤਾਇਆਂ ਦੇ ਮੁੰਡੇ ਅੱਗੇ ਉਹਨਾਂ ਦੇ ਮੁੰਡੇ ਇਕੱਠੇ ਰਹਿਣ ਲੱਗੇ ਅਤੇ ਕਾਫੀ ਜਣੇ ਇਸ ਘਰ ਦੇ ਵਿੱਚ ਰਹਿੰਦੇ ਸੀ। ਅਚਾਨਕ ਇਸ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ 50 ਲੋਕ ਜਿਹੜੇ ਨੇ ਬੇਘਰ ਹੋ ਗਏ ਨੇ। ਘਰਾਂ ਤੋਂ ਬਾਹਰ ਉਹਨਾਂ ਨੂੰ ਆਉਣਾ ਪਿਆ ਆਪਣੇ ਕਮਰਿਆਂ 'ਚੋਂ, ਕਿਉਂਕਿ ਇੱਕ ਇੱਕ ਕਰਕੇ ਇੱਕ ਇੱਕ ਕਮਰੇ ਨੂੰ ਅੱਗ ਲੱਗੀ ਅਤੇ ਦੇਖਦੇ ਦੇਖਦੇ ਪੂਰਾ ਘਰ ਜਲ ਕੇ ਸੁਆਹ ਹੋ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਤਾਂ ਦੱਸ ਦਈਏ ਕਿ ਮੌਕੇ 'ਤੇ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਉਹਨਾਂ ਨੂੰ ਬੁਲਾਇਆ ਗਿਆ, ਤਾਂ ਇਸ ਘਰ ਦੇ ਅੰਦਰ ਜਿਹੜੇ ਲੋਕ ਮੌਜੂਦ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ। ਬੱਚੇ ਜਿਹੜੇ ਬਜ਼ੁਰਗ ਸਾਰੇ ਜਣੇ ਇਸ ਘਰ ਦੇ ਵਿੱਚ ਮੌਜੂਦ ਸੀ ਜਿਸ ਵੇਲੇ ਅੱਗ ਲੱਗੀ, ਅਤੇ ਘਰ ਦੇਖੋ ਕਿਵੇਂ ਜਲ ਕੇ ਸੁਆਹ ਹੋ ਗਿਆ ਹੈ। 50 ਜਣਿਆਂ ਦਾ ਅਸ਼ਿਆਨਾ ਇਹ ਇਸ ਦੇ ਵਿੱਚ ਰਹਿੰਦੇ ਸੀ। ਕਈਆਂ ਦਾ ਬਚਪਨ ਅਤੇ ਕਈਆਂ ਦਾ ਬੁਢਾਪਾ ਇੱਥੇ ਬੀਤ ਰਿਹਾ ਸੀ, ਪਰ ਅਚਾਨਕ ਅੱਗ ਲੱਗੀ ਅਤੇ ਦੇਖੋ ਕੀ ਹਾਲ ਹੋ ਗਿਆ। ਤਾਂ ਹਿਮਾਚਲ ਦੇ ਮੰਡੀ ਦੇ ਸਰਾਜ ਵਿਧਾਨ ਸਭਾ ਇਲਾਕੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਈ 100 ਸਾਲ ਪੁਰਾਣਾ ਪੁਸ਼ਤੈਨੀ ਘਰ, 50 ਲੋਕ ਜਿਸ ਦੇ ਅੰਦਰ ਰਹਿੰਦੇ ਸੀ, 50 ਲੋਕਾਂ ਦਾ ਪਰਿਵਾਰ ਸੀ, ਪੂਰੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਘਰ ਸੜ ਕੇ ਸੁਆਹ ਹੋ ਗਿਆ ਹੈ। ਤਾਂ ਪੂਰੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ, ਲੋਕ ਰੋ ਰਹੇ ਨੇ, ਮਾਪੇ ਬਜ਼ੁਰਗ ਸਦਮਾ ਲੱਗਿਆ ਹੈ, ਕਿਉਂਕਿ ਇੱਕ ਇੱਕ ਇੱਟ ਪੱਥਰ ਆਪਣੇ ਹੱਥਾਂ ਨਾਲ ਲਗਵਾ ਕੇ ਇਹ ਘਰ ਬਣਵਾਇਆ ਸੀ ਬਜ਼ੁਰਗਾਂ ਨੇ, ਅਤੇ ਉਹਨਾਂ ਦੀ ਮੌਤ ਤੋਂ ਪਹਿਲਾਂ ਹੀ ਇਹ ਜਿਹੜੇ ਘਰ ਹੈ, ਇਹ ਜਿਹੜਾ ਘਰ ਹੈ, ਬਜ਼ੁਰਗਾਂ ਦਾ ਬਚਪਨ ਇਸ ਘਰ ਦੇ ਵਿੱਚ ਗੁਜ਼ਰਿਆ ਸੀ ਅਤੇ ਹੁਣ ਬੁਢਾਪਾ ਵੀ ਇਸੇ ਘਰ 'ਚ ਗੁਜ਼ਰ ਰਿਹਾ ਸੀ, ਪਰ ਇਹ ਘਰ ਨਹੀਂ ਬਚ ਪਾਇਆ। ਬਜ਼ੁਰਗਾਂ ਦਾ ਬਣਾਇਆ ਹੋਇਆ ਪੁਸ਼ਤੈਨੀ ਘਰ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਗਿਆ। 50 ਜਣੇ ਇਸ ਘਰ ਦੇ ਵਿੱਚ ਰਹਿੰਦੇ ਸੀ। ਇਸ ਘਰ ਦੇ ਅੰਦਰ 30 ਤੋਂ 40 ਕਮਰੇ ਬਣੇ ਹੋਏ ਸਨ, ਜਿਸ ਦੇ ਅੰਦਰ ਘੱਟੋ ਘੱਟ 7 ਤੋਂ 8 ਪਰਿਵਾਰ ਰਹਿੰਦੇ ਸੀ। ਹਰੇਕ ਪਰਿਵਾਰ ਦੇ ਵਿੱਚ 10-10 ਮੈਂਬਰ ਸੀ ਅਤੇ ਸਾਰਾ ਲਾਣਾ ਇੱਕੋ ਪਰਿਵਾਰ ਦਾ ਸੀ, ਇੱਕੋ ਪੀੜ੍ਹੀ ਦਾ ਸੀ। ਤਾਂ ਤੁਹਾਨੂੰ ਦੱਸ ਦਈਏ ਕਿ ਬਜ਼ੁਰਗਾਂ ਦੇ ਵੱਲੋਂ ਇਹ ਘਰ ਬਣਾਇਆ ਗਿਆ, ਜਿਸ ਤੋਂ ਬਾਅਦ ਚਾਚੇ ਤਾਇਆਂ ਦੇ ਮੁੰਡੇ ਅੱਗੇ ਉਹਨਾਂ ਦੇ ਮੁੰਡੇ ਇਕੱਠੇ ਰਹਿਣ ਲੱਗੇ ਅਤੇ ਕਾਫੀ ਜਣੇ ਇਸ ਘਰ ਦੇ ਵਿੱਚ ਰਹਿੰਦੇ ਸੀ। ਅਚਾਨਕ ਇਸ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ 50 ਲੋਕ ਜਿਹੜੇ ਨੇ ਬੇਘਰ ਹੋ ਗਏ ਨੇ। ਘਰਾਂ ਤੋਂ ਬਾਹਰ ਉਹਨਾਂ ਨੂੰ ਆਉਣਾ ਪਿਆ ਆਪਣੇ ਕਮਰਿਆਂ 'ਚੋਂ, ਕਿਉਂਕਿ ਇੱਕ ਇੱਕ ਕਰਕੇ ਇੱਕ ਇੱਕ ਕਮਰੇ ਨੂੰ ਅੱਗ ਲੱਗੀ ਅਤੇ ਦੇਖਦੇ ਦੇਖਦੇ ਪੂਰਾ ਘਰ ਜਲ ਕੇ ਸੁਆਹ ਹੋ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਤਾਂ ਦੱਸ ਦਈਏ ਕਿ ਮੌਕੇ 'ਤੇ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਉਹਨਾਂ ਨੂੰ ਬੁਲਾਇਆ ਗਿਆ, ਤਾਂ ਇਸ ਘਰ ਦੇ ਅੰਦਰ ਜਿਹੜੇ ਲੋਕ ਮੌਜੂਦ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ। ਬੱਚੇ ਜਿਹੜੇ ਬਜ਼ੁਰਗ ਸਾਰੇ ਜਣੇ ਇਸ ਘਰ ਦੇ ਵਿੱਚ ਮੌਜੂਦ ਸੀ ਜਿਸ ਵੇਲੇ ਅੱਗ ਲੱਗੀ, ਅਤੇ ਘਰ ਦੇਖੋ ਕਿਵੇਂ ਜਲ ਕੇ ਸੁਆਹ ਹੋ ਗਿਆ ਹੈ। 50 ਜਣਿਆਂ ਦਾ ਅਸ਼ਿਆਨਾ ਇਹ ਇਸ ਦੇ ਵਿੱਚ ਰਹਿੰਦੇ ਸੀ। ਕਈਆਂ ਦਾ ਬਚਪਨ ਅਤੇ ਕਈਆਂ ਦਾ ਬੁਢਾਪਾ ਇੱਥੇ ਬੀਤ ਰਿਹਾ ਸੀ, ਪਰ ਅਚਾਨਕ ਅੱਗ ਲੱਗੀ ਅਤੇ ਦੇਖੋ ਕੀ ਹਾਲ ਹੋ ਗਿਆ। ਤਾਂ ਹਿਮਾਚਲ ਦੇ ਮੰਡੀ ਦੇ ਸਰਾਜ ਵਿਧਾਨ ਸਭਾ ਇਲਾਕੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਈ 100 ਸਾਲ ਪੁਰਾਣਾ ਪੁਸ਼ਤੈਨੀ ਘਰ, 50 ਲੋਕ ਜਿਸ ਦੇ ਅੰਦਰ ਰਹਿੰਦੇ ਸੀ,
50 ਲੋਕਾਂ ਦਾ ਪਰਿਵਾਰ ਸੀ, ਪੂਰੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਘਰ ਸੜ ਕੇ ਸਵਾਹ ਹੋ ਗਿਆ ਹੈ। ਤਾਂ ਪੂਰੇ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ, ਲੋਕ ਰੋ ਰਹੇ ਨੇ, ਮਾਪੇ ਬਜ਼ੁਰਗ ਸਦਮਾ ਲੱਗਿਆ ਹੈ, ਕਿਉਂਕਿ ਇੱਕ ਇੱਕ ਇੱਟ ਪੱਥਰ ਆਪਣੇ ਹੱਥਾਂ ਨਾਲ ਲਗਵਾ ਕੇ ਇਹ ਘਰ ਬਣਵਾਇਆ ਸੀ ਬਜ਼ੁਰਗਾਂ ਨੇ, ਅਤੇ ਉਹਨਾਂ ਦੀ ਮੌਤ ਤੋਂ ਪਹਿਲਾਂ ਹੀ ਇਹ ਜਿਹੜੇ ਘਰ ਹੈ, ਇਹ ਜਿਹੜਾ ਘਰ ਹੈ, ਬਜ਼ੁਰਗਾਂ ਦਾ ਬਚਪਨ ਇਸ ਘਰ ਦੇ ਵਿੱਚ ਗੁਜ਼ਰਿਆ ਸੀ ਅਤੇ ਹੁਣ ਬੁਢਾਪਾ ਵੀ ਇਸੇ ਘਰ 'ਚ ਗੁਜ਼ਰ ਰਿਹਾ ਸੀ, ਪਰ ਇਹ ਘਰ ਨਹੀਂ ਬਚ ਪਾਇਆ।